ਮਾਨਕ ਸਾਹਿਬ ਦਾ ਉਹ ਗੀਤ ਚੜਾਓ ਸਾਨੂੰ ਦੁਸ਼ਮਣ ਨਾਲ ਪੰਗਾ ਲਈਏ ਹਏ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਨਾ ਢਿੱਲੇ ਪਈਏ ਦੁਸ਼ਮਣ ਨਾਲ ਪੰਗਾ ਲਈਏ ਮੁੜ ਕੇ ਮੈਂ ਕੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਿਆਣੇ ਕਹਿੰਦੇ ਕੋਈ ਪ੍ਰੋਗਰਾਮ ਸ਼ੁਰੂ ਕਰੀਏ ਉਹ ਪਰਮਾਤਮਾ ਦਾ ਖੁਦਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਵੈਸੇ ਵੀ ਸਾਡੇ 'ਤੇ ਵਾਹਿਗੁਰੂ ਦੀ ਬੜੀ ਕਿਰਪਾ ਪੰਜਾਬ 'ਤੇ ਪੰਜਾਬ ਵਾਸੀਆਂ 'ਤੇ ਪੰਜਾਬੀਆਂ 'ਤੇ ਕਿ ਅਸੀਂ ਕੋਈ ਵੀ ਕੰਮ ਕਰੀਏ ਉਹ ਖੁਦਾ ਦੇ ਨਾਮ ਤੋਂ ਪਰਮਾਤਮਾ ਦੇ ਨਾਮ ਤੋਂ ਸ਼ੁਰੂ ਕਰਦੇ ਜਦੋਂ ਲੋਕ ਲੈਂਦਾ ਉਸ ਰੱਬ ਦੇ ਨਾਮ ਪੇਸ਼ ਕਰਨ ਲੱਗਿਆ ਥਾਨੇ ਸੂਰਜ ਗਿਆਨ ਦਾ ਰਤਨਾ ਦਿਖਾਣੀਆਂ ਸਾਰਿਆਂ ਦੁੱਖਾਂ ਦੀ ਦਾਤ ਇੱਕ ਗੁਰੂ ਬਾਣੀਆਂ ਸਾਰਿਆਂ ਦੁੱਖਾਂ ਦੀ ਲੁਧਿਆਣੇ ਮਿਲਿਆ ਇੱਕ ਦੋ ਵਾਰ ਤਾਂ ਹਾਂਜੀ ਮਾਨਕ ਸਾਹਿਬ ਦਾ ਜਿੱਥੇ ਵੀ ਪ੍ਰੋਗਰਾਮ ਹੁੰਦਾ ਸੀ
ਅਸੀਂ ਉੱਥੇ ਜਾਂਦੇ ਸੀਗੇ ਤੇ ਕਾਮਿਆਂ ਨੇ ਇਹ ਪ੍ਰੋਗਰਾਮ ਤੇ ਗਏ ਉੱਥੇ ਪ੍ਰੋਗਰਾਮ ਚਲੋ ਸ਼ਾਮ ਹੋ ਗਈ ਸਿਆਲ ਦਾ ਟਾਈਮ ਸੀਗਾ ਤੇ ਉੱਥੇ ਗੰਗਰਾ ਸਾਹਿਬ ਦੇ ਘਰ ਮਾਨ ਸਾਹਿਬ ਠਹਿਰੇ ਸੀ ਅਸੀਂ ਉੱਥੇ ਮਿਲੇ ਇਹਨਾਂ ਸ਼ਾਮ ਹੋ ਗਈ ਮੈਨੂੰ ਕਹਿੰਦੇ ਹੁਣ ਵੀ ਜਾਣਾ ਤੁਸੀਂ ਕਾਹਤੇ ਉਦੋਂ ਸਕੂਟਰ ਨੇ ਮੋਟਰਸਾਈਕਲ ਤਾਂ ਹੁੰਦੇ ਨਹੀਂ ਸੀ 99 ਦੀ ਗੱਲ ਹੈ ਮੇਰਾ ਖਿਆਲ ਮੈਂ ਕਿਹਾ ਮਾਨ ਸਾਹਿਬ ਵੀ ਟੈਂਪੂ ਟੁੰਪੂ ਦੇਖਦੇ ਤੂੰ ਪਿੰਡ ਤਾਂ ਜਾਣਾ ਹੀ ਹੈ ਕਹਿੰਦੇ ਆਜ ਮੇਰੀ ਗੱਡੀ 'ਚ ਬਹਿ ਜਾਓ ਅੱਛਾ ਜੀ ਮੈਨੂੰ ਹੈਰਾਨੀ ਜੀ ਹੋਈ ਯਾਰ ਵੀ ਮਾਨ ਸਾਹਿਬ ਨਾਮ ਮੈਂ ਜੀ ਚਲੋ ਬੈਠ ਗਿਆ ਨਾਲ ਹੁਣ ਉਹ ਫਰੀਦਕੋਟ ਆ ਗਏ ਫਰੀਦਕੋਟ ਇਹਨਾਂ ਨੇ ਕੋਟਪੂਰੀ ਵਾਲੀ ਸਾਈਡ ਜਾਣਾ ਸੀਗਾ ਅੱਛਾ ਜੀ ਮੇਰੀ ਬੱਸ ਚੱਲਦੀ ਸੀਗੀ ਤਲਵੰਡੀ ਸਾਈਡ 'ਤੇ ਜੋ ਇੱਧਰ ਬੱਸ ਸਟੈਂਡ ਸੀ ਜੀ ਅਤੇ ਮੈਨੂੰ ਕਹਿੰਦੇ ਹੁਣ ਅੱਗੇ ਕਿੱਥੇ ਬੱਸ ਬੁੱਸ ਕਿੱਥੋਂ ਜਾਣੀ ਹੈ ਹਾਂਜੀ ਮੈਂ ਕਿਹਾ ਜੀ ਤਲਵੰਡੀ ਚੌਂਕ ਤੋਂ ਟੈਂਪੂ ਜਾਂਦੇ ਆ ਭਲੂਰ ਤੱਕ ਅੱਛਾ ਜੀ ਜਾਂ ਉੱਥੋਂ ਬੱਸ ਜਾਂਦੀ ਜੀ ਬੋਤਲ ਮੈਨੂੰ ਉੱਥੇ ਛੱਡ ਕੇ ਗਏ ਮੈਂ ਵੀ ਉਹ ਘਰੇ ਆਇਆ ਮੈਂ ਦੱਸਿਆ ਆਪਦੇ ਮੇਰੇ ਭਰਾ ਵੀ ਬਹੁਤ ਸ਼ੌਕੀਨ ਸੀ ਮਨਮਾਨ ਸਾਹਿਬ ਦੇ ਕੀਤੇ ਜੀ ਅਤੇ ਮੇਰਾ ਕੋਈ ਯਕੀਨ ਹੀ ਨਾ ਕਰੇ ਘਰ ਦਾ ਅੱਛਾ ਵੀ ਇਹ ਝੂਠ ਮਾਰਦਾ ਅੱਛਾ ਤੋ ਇਹ ਯਾਦਾਂ ਉਹਨਾਂ ਮੇਰੀਆਂ ਜੁੜੀਆਂ ਹੈਗੀਆਂ ਮੇਰੇ ਫੋਟੋ ਵੀ ਹੈਗੀ ਉਹ ਪ੍ਰੋਗਰਾਮ ਦੀ ਇੱਕ ਉਹ ਜਿਹੜੀ ਯਾਦ ਤੁਸੀਂ ਗਾਣੇ ਦਾ ਜ਼ਿਕਰ ਕਰਦੇ ਸੀ ਉਹ ਵੀ ਮਾੜੀ ਜਿਹੀ ਸ਼ੇਅਰ ਕਰੋ ਵੀ ਹਾਂਜੀ ਉਹ ਮੇਰੇ ਭਾਣਜੇ ਦਾ ਸੀ ਮੈਰਿਜ ਸੀਗੀ ਪਿੰਡ ਕੋਰੇ ਵਾਲਾ ਜੀ ਤਾਂ ਉੱਥੇ ਮੈਂ ਮਲਕ ਸਾਹਿਬ ਦਾ ਪ੍ਰੋਗਰਾਮ ਸੀਗਾ ਜੀ ਅਤੇ ਮੇਰੇ ਨਾਲ ਅਤੇ ਮੇਰੇ ਸਾਥੀਆਂ ਨੇ ਉਹ ਗੀਤ ਦੀ ਪ੍ਰਵੇਸ਼ ਕੀਤੀ ਮਿਰਜ਼ਾ ਜੀ ਜਦੋਂ ਜੱਟ ਨੇ ਉੱਠ ਕੇ ਵੇਖਿਆ ਕੱਖ ਨਾ ਰਹਿ ਗਿਆ ਕੋਈ ਜੀ ਅਤੇ ਮੈਂ ਜਾ ਕੇ ਕਿਹਾ ਮਲਕ ਸਾਹਿਬ ਗੀਤ ਸੁਣਾ ਦਿਓ ਅੱਛਾ ਉਹ ਕਹਿੰਦੇ ਮੇਰੇ ਕੋਲ ਰਜਿਸਟਰੀ ਹੈ ਨਹੀਂ ਗਏ ਵੀ ਜਿਹੜਾ ਗੀਤ ਲਿਖਿਆ ਜੀ ਅਤੇ ਮੈਂ ਉੱਥੇ ਪੇਜ ਲਿਆ ਅਤੇ ਗੀਤ ਲਿਖ ਕੇ ਪਈ ਬਹੁਤ ਵਧੀਆ ਗੱਲ ਹੈ।